ਅੰਮ੍ਰਿਤਸਰ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਦਰਅਸਲ ਕੁਝ ਦਿਨ ਪਹਿਲਾਂ ਹੀ ਇੱਕ ਵਿਅਕਤੀ ਦੀ ਲਾਸ਼ ਉਸਦੇ ਘਰ ਦੀ ਤੀਜੀ ਮੰਜ਼ਿਲ ਤੋਂ ਮਿਲੀ ਸੀ, ਜਿਸ ਦੇ ਬਾਬਤ ਮ੍ਰਿਤਕ ਦੀ ਮਾਤਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਜਦ ਬਾਰੀਕੀ ਨਾਲ ਜਾਂਚ ਕੀਤੀ ਤਾਂ ਜੋ ਸੱਚ ਸਾਹਮਣੇ ਆਇਆ ਉਹ ਹੈਰਾਨੀਜਨਕ ਸੀ। ਪੁਲਿਸ ਮੁਤਾਬਕ ਮ੍ਰਿਤਕ ਦਾ ਕਤਲ ਉਸਦੀ ਆਪਣੀ ਹੀ ਪਤਨੀ ਪਰਮਿੰਦਰ ਕੌਰ ਅਤੇ ਉਸਦੇ ਆਸ਼ਕ ਨੇ ਮਿਲ ਕੇ ਕੀਤਾ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ, ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਨੇ ਕਈ ਮਹੀਨੇ ਪਹਿਲਾਂ ਹੀ ਕਤਲ ਦੀ ਯੋਜਨਾ ਬਣਾ ਦਿੱਤੀ ਸੀ, ਜਿਸ ਦੇ ਤਹਿਤ 6 ਮਹੀਨੇ ਪਹਿਲਾਂ ਮ੍ਰਿਤਕ ਦਾ 14 ਲੱਖ ਰੁਪਏ ਦਾ ਬੀਮਾ ਵੀ ਕਰਵਾਇਆ ਗਿਆ ਅਤੇ ਫਿਰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਦਰਅਸਲ ਬੀਮੇ ਦੀ 14 ਲੱਖ ਰੁਪਏ ਦੀ ਰਕਮ ਹੜਪਣ ਲਈ ਹੀ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਬੜੀ ਬਰੀਕੀ ਨਾਲ ਪੜਤਾਲ ਜਿਹੜੀ ਸੀ ਕੀਤੀ ਗਈ ਉਸ ਮੁਕਦਮੇ ਦੀ, ਜਿਹੜਾ ਕਿ ਅੰਨਾ ਕਤਲ ਸੀਗਾ, ਪਰ ਸਾਡੇ ਸਾਰੀ ਟੀਮ ਨੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਵਿੱਚ ਖੋਜਖੂਰ ਕਰਕੇ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਘਰਵਾਲੀ ਹੈ ਪਰਮਿੰਦਰ ਕੌਰ, ਉਹਨੇ ਇੱਕ ਜਿਹੜਾ ਬੰਦਾ ਹੈਗਾ ਆ ਅਮਰਜੀਤ ਸਿੰਘ, ਉਹਦੇ ਨਾਲ ਮਿਲ ਕੇ ਜਿਹੜਾ ਕਿ ਉੱਥੇ ਗਲੀ ਮਸੀਤ ਵਾਲੀ ਰਹਿਣ ਵਾਲਾ ਹੈਗਾ ਗੁਜਰਾਂ ਨੇੜੇ ਚੌਂਕ ਚਬੂਤਰਾ, ਉਹਦੇ ਨਾਲ ਉਹਦੇ ਨਜਾਇਜ਼ ਸੰਬੰਧ ਸੀਗੇ, ਉਹਦਾ ਪਿੱਛੇ ਉਹਦੇ ਨਾਲ ਤਾਲਮੇਲ ਸੀਗਾ। ਇਹਨਾਂ ਨੇ ਪਹਿਲਾਂ ਇੱਕ 14 ਲੱਖ ਦੀ ਇੰਸ਼ੋਰੈਂਸ ਵੀ ਕਰਾਈ ਉਸ ਬੰਦੇ ਦੀ ਅਤੇ ਉਹਦੇ 2-3 ਕਿਸ਼ਤਾਂ ਵੀ ਤਾਰੀਆਂ। ਉਸ ਤੋਂ ਬਾਅਦ ਇਹਨਾਂ ਨੇ ਸਾਜਿਸ਼ ਅਧੀਨ ਉਸ ਦਿਨ ਉਹਨੂੰ ਉਹਦੇ ਕੁਛ ਗੋਲੀਆਂ ਪਾ ਕੇ ਦੁੱਧ ਵਗੈਰਾ ਦੇ ਵਿੱਚ ਉਹਨੂੰ ਨਸ਼ਾ ਕੁਛ ਦੇ ਦਿੱਤਾ ਵੀ, ਅਤੇ ਉਸ ਤੋਂ ਬਾਅਦ ਉਹਨੂੰ ਕਰੰਟ ਲਾ ਕੇ ਮਾਰਨ ਦੀ ਪਹਿਲਾਂ ਕੋਸ਼ਿਸ਼ ਕੀਤੀ, ਪਰ ਉਹ ਉੱਠ ਪਿਆ ਅਤੇ ਉਹਨੂੰ ਮਤਲਬ ਤਾਂ ਨਹੀਂ ਕਰ ਸਕੇ। ਤਾਂ ਫਿਰ ਉਹਨੂੰ ਬਾਅਦ ਵਿੱਚ ਇਹਨਾਂ ਨੇ ਇੱਕ ਤੇਜ਼ ਹਥਿਆਰ ਨਾਲ ਉਹਦਾ ਗਲਾ ਰੇਤ ਕਰਕੇ ਅਤੇ ਕਤਲ ਕਰ ਦਿੱਤਾ। ਫਿਲਹਾਲ ਦੋਵੇਂ ਆਰੋਪੀ ਪੁਲਿਸ ਦੀ ਗ੍ਰਿਫਤ ਵਿੱਚ ਹਨ, ਜਿੱਥੇ ਆਰੋਪੀਆਂ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹੈ। ਰਿਸ਼ਤਿਆਂ ਦੀ ਇਸ ਖੂਨੀ ਘਟਨਾ ਤੋਂ ਬਾਅਦ ਹਰ ਸ਼ਖਸ ਸੋਚਣ ਲਈ ਮਜਬੂਰ ਹੈ ਕਿ ਕੀ ਪੈਸਾ ਹਰ ਰਿਸ਼ਤੇ ਤੋਂ ਵੱਡਾ ਹੋ ਗਿਆ ਹੈ। ਅੰਮ੍ਰਿਤਸਰ ਤੋਂ ਸੋਨੂ ਸੋਢੀ, ਖਬਰ ਹਰਪਲ ਇੰਡੀਆ ਲਈ।